ਲਾਏ, ਕਿਰਾਇਆ ਪਿੰਡ ਦੇ ਬੱਚੇ ਲੋਕਾਂ ਨੇ ਗਾਈਡ ਵੀ ਕਰਕੇ ਲਾਏ ਅਤੇ ਪੰਜਾਂ ਛੋਂ ਮਹੀਨੇ ਬਾਅਦ ਫਿਰ ਏਰੀਆ ਲਾ ਦਿਓ ਗਏ। ਸੈਂਟਰਾਂ ਨੇ ਕਿਹਾ ਸੀ ਚੰਡੀਗੜ੍ਹ ਜਾਂ ਅੰਮ੍ਰਿਤਸਰ ਕਰੋ ਅਤੇ ਇੰਨੀ ਮੇਰੇ ਕੋਲ ਗੁਜਾਇਸ਼ ਨਹੀਂ ਵਿਕਿਆ ਇਹਦਾ, ਮੈਂ ਡਾਕਟਰਾਂ ਵਾਂ ਚੰਡੀਗੜ੍ਹ ਜਾਂ। ਬਾਬਾ ਜੀ ਨੇ ਵੀ ਲਾਏ ਆ, ਕੁਛ ਪਿੰਡ ਚੋਂ ਗਰਾਈ ਕਰਕੇ ਲਾਏ ਆ, ਅਜੇ ਤੱਕ ਮਾਨ ਨਹੀਂ ਆਇਆ। ਮੈਂ ਮੰਗ ਕਰਦਾ ਕਿ ਮੇਰਾ ਪੁੱਤ ਬਾਜੀ ਤੇ ਇਲਾਜ ਦੇ ਦੁੱਖੋਂ ਮੰਜੇ ਤੇ ਤੜਫ ਰਹੇ 9 ਸਾਲ ਦੇ ਬੱਚੇ ਦੇ ਮਾਤਾ ਪਿਤਾ ਨੇ ਰੋ ਰੋ ਕੇ ਸਮਾਜ ਸੇਵੀਆਂ ਨੂੰ ਬੱਚੇ ਦਾ ਇਲਾਜ ਕਰਵਾਉਣ ਦੀ ਗੁਹਾਰ ਲਗਾਈ ਹੈ। ਉਹਨਾਂ ਨੇ ਕਿਹਾ ਹੈ ਕਿ ਇਲਾਜ ਕਰਵਾ ਦਿਓ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਜ਼ਿਲ੍ਹਾ ਤਰਨ ਤਾਰਨ ਦੇ ਹਲਕਾ ਖੇਮਕਨ ਅਧੀਨ ਪੈਂਦੇ ਪਿੰਡ ਬੇਦ ਬਾਸਰਕੇ ਤੋਂ ਇੱਕ ਗਰੀਬ ਪਰਿਵਾਰ ਦਾ 9 ਸਾਲਾ ਬੱਚਾ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਇਲਾਜ ਦੁੱਖੋਂ ਮੰਜੇ ਤੇ ਤੜਫ ਰਿਹਾ ਹੈ ਅਤੇ ਮਾਤਾ ਪਿਤਾ ਦਾ ਆਪਣੇ ਬੱਚੇ ਵੱਲ ਵੇਖ ਕੇ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ, ਕਿਉਂਕਿ ਇਸ ਬੱਚੇ ਦੇ ਪੇਟ ਵਿੱਚ ਪਾਣੀ ਭਰ ਜਾਣ ਕਾਰਨ ਬੱਚੇ ਦਾ ਉਹਨਾਂ ਵੱਲੋਂ ਇਲਾਜ ਕਰਵਾਇਆ ਗਿਆ। ਇੱਥੋਂ ਤੱਕ ਕਿ ਪਿੰਡ ਦੇ ਨੌਜਵਾਨਾਂ ਨੇ ਪਿੰਡ ਵਿੱਚ ਉਗਰਾਹੀ ਕਰਕੇ ਇਸ ਬੱਚੇ ਦਾ ਇਲਾਜ ਕਰਵਾਇਆ, ਪਰ ਕੁਝ ਦਿਨ ਠੀਕ ਹੋਣ ਤੋਂ ਬਾਅਦ ਬੱਚੇ ਦੀ ਫਿਰ ਹਾਲਤ ਖਰਾਬ ਹੋ ਗਈ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਡਾਕਟਰ ਨੂੰ ਵਿਖਾਇਆ ਗਿਆ ਤਾਂ ਡਾਕਟਰ ਨੇ ਬੱਚੇ ਨੂੰ ਚੰਡੀਗੜ੍ਹ PGI ਲੈ ਕੇ ਜਾਣ ਲਈ ਕਿਹਾ ਹੈ, ਜਿੱਥੇ ਕਿ 4-5 ਲੱਖ ਰੁਪਏ ਦਾ ਇਲਾਜ ਖਰਚਾ ਦੱਸਿਆ ਜਾ ਰਿਹਾ ਹੈ। ਉੱਥੇ ਪੀੜਤ ਪਰਿਵਾਰ ਨੇ ਬੱਚੇ ਦੇ ਬਾਰੇ ਦੱਸਿਆ ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਪਿਛਲੇ 6 ਮਹੀਨਿਆਂ ਤੋਂ ਇਲਾਜ ਦੇ ਪੱਖੋਂ ਤੜਫ ਰਿਹਾ ਹੈ, ਪਰ ਕਈ ਵਾਰ ਉਹਨਾਂ ਦੇ ਵੱਲੋਂ ਇਲਾਜ ਵੀ ਕਰਵਾਇਆ ਗਿਆ, ਚੰਗੀ ਤਰ੍ਹਾਂ ਬੱਚੇ ਦਾ ਇਲਾਜ ਨਹੀਂ ਹੋਇਆ। ਹੁਣ ਉਹਨਾਂ ਨੇ ਸਮਾਜ ਸੇਵੀ ਵੀਰਾਂ ਤੋਂ ਅਤੇ NRI ਵੀਰਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਹੋਰ ਕੀ ਕੁਝ ਕਹਿ ਰਿਹਾ ਹੈ ਪੀੜਤ ਪਰਿਵਾਰ, ਜ਼ਰਾ ਤੁਸੀਂ ਵੀ ਸੁਣ ਲਵੋ। ਮੇਰਾ ਨਾਮ ਦਰਸ਼ਨ ਸਿੰਘ, ਕਾਕੇ ਦਾ ਨਾਮ ਵੀ ਜੀ। ਕੀ ਗੱਲ ਹੋਈ ਕਾਕੇ ਨੂੰ? ਕਾਕੇ ਦੇ ਭਾਜੀ ਜਨਵਰੀ ਦੇ ਮਹੀਨੇ 'ਚ ਪੇੜ 'ਚ ਪਾਣੀ ਪੈ ਗਿਆ, ਜਨਵਰੀ ਮਹੀਨੇ 'ਚ, ਅਤੇ ਇੱਦਾਂ ਬਹੁਤ ਲਾਈ ਕਰਾਇਆ ਪਿੰਡ ਦੇ ਵਿੱਚ ਲੋਕਾਂ ਨੇ ਗ੍ਰਾਈ ਗੁਰੀ ਕਰਕੇ ਲਾਏ ਅਤੇ 5-6 ਮਹੀਨੇ ਬਾਅਦ ਫਿਰ ਇਹ ਹਾਲਾਤ ਹੋ ਗਏ। ਡਾਕਟਰਾਂ ਨੇ ਕਿਹਾ PGI ਹਸਪਤਾਲ ਚੰਡੀਗੜ੍ਹ ਜਾਂ ਅੰਮ੍ਰਿਤਸਰ ਕਰੋ ਅਤੇ ਇੰਨੀ ਮੇਰੇ ਕੋਲ ਗੁਜਾਇਸ਼ ਨਹੀਂ ਹੈਗੀ ਜਿਹੜਾ ਇਹਦਾ ਮੈਂ ਇਲਾਜ ਕਰਾਵਾਂ ਚੰਡੀਗੜ੍ਹ ਜਾਂ। ਕਿੰਨੇ ਚਿਰ ਦਾ ਬਿਮਾਰ ਰਹੇ ਇਹ ਭਾਜੀ? ਇੱਕ 6 ਮਹੀਨੇ 6 ਮਹੀਨੇ ਠੀਕ ਰਿਹਾ। ਕਿੰਨੇ ਚਿਰ ਦਾ ਬਿਮਾਰ ਹੈ? 6-7 ਮਹੀਨੇ ਹੋ ਗਏ। 7 ਮਹੀਨੇ ਤੋਂ ਇਸ ਤਰ੍ਹਾਂ ਹੀ ਆ? ਇੱਦਾਂ ਹੀ। ਕਿੰਨਾ ਕੁ ਇਲਾਜ ਕਰਾ ਚੁੱਕੇ ਜੋ? ਮੈਂ ਭਾਈ ਆਪਣੀ ਗੁਜਾਇਸ਼ ਤੋਂ ਵੱਧ ਕੇ ਲਾ ਚੁੱਕਾ ਵਾਂ ਤੇ ਹੁਣ ਮੇਰੇ ਕੁਛ ਨਹੀਂ ਹੈਗਾ। ਗਰਾਈ ਤੋਂ ਵੀ ਕਰਾਈ? ਹਾਂਜੀ, ਗਰਾਈ ਬਾਬੇ ਲਾਈ ਤੇ ਪੱਟੀ ਬਾਬੇ ਨੇ ਗਰਾਈ ਕਰਕੇ ਕੁਛ ਲਾਏ। ਕਿੰਨਾ ਪੈਸਾ ਹੋਣਾ ਤੇ ਡਾਕਟਰ ਲੱਗੂਗਾ? ਡਾਕਟਰ ਤੇ ਆਂਦੇ PGI ਹਸਪਤਾਲ ਦਾ ਕੋਈ 5-6 ਲੱਖ ਰੁਪਇਆ ਖਰਚਾ ਦੱਸਣ ਦੇ। ਕੀ ਮੰਗ ਕਰਦੇ ਤੇ? ਮੈਂ ਮੰਗ ਕਰਦਾ ਕਿ ਮੇਰਾ ਪੁੱਤ ਬਾਜੀ ਤੇ ਮੈਂ ਚਾਹੁੰਦਾ ਇਲਾਜ ਦੀ ਮੰਗ ਕਰਦਾ। ਹਾਂਜੀ ਭਾਈ। ਕੀ ਨਾਮ ਭੈਣ ਜੀ ਤੁਹਾਡਾ? ਬਹੁਤ ਲਾਏ ਆ ਬਾਬਾ ਜੀ ਨੇ ਵੀ ਲਾਏ ਆ, ਕੁਛ ਪਿੰਡ ਚੋਂ ਗਰਾਈ ਕਰਕੇ ਲਾਏ ਆ ਤੇ ਅਜੇ ਤੱਕ ਮਾਨ ਨਹੀਂ ਆਇਆ। ਕਿੰਨੀ ਉਮਰ ਆ ਬੱਚੇ ਦੀ? ਬੱਚਾ 9-8 ਸਾਲਾਂ ਦਾ ਜੀ ਸਰ। ਕਿੰਨੇ ਚਿਰ ਤੋਂ ਬਿਮਾਰ ਆ ਜੀ? 6-7 ਮਹੀਨਿਆਂ ਤੋਂ ਬਿਮਾਰ ਹੈ। ਅੱਛਾ ਜੀ। ਹਾਂਜੀ। ਹੁਣ ਕੀ ਮੰਗ ਕਰਦੇ ਤੁਸੀਂ? ਬੱਚਾ ਠੀਕ ਹੋਣਾ ਚਾਹੀਦਾ ਸਾਡਾ। ਕਿੰਨੇ ਪੈਸੇ ਆਉਂਦੇ ਡਾਕਟਰ ਲੱਗਣਗੇ? 6-7 ਲੱਖ ਤੱਕ ਕਹਿੰਦੇ ਲੱਗਦੇ। ਕੀ ਹੁਣ ਇਲਾਜ ਦੀ ਮੰਗ ਕਰਦੇ? ਹਾਂਜੀ, ਇਲਾਜ ਹੀ ਚਾਹੀਦਾ ਸਾਨੂੰ ਸਾਡੇ ਬੱਚੇ ਦਾ ਇਲਾਜ ਹੋ ਜੀ, ਬਸ ਇਹ ਹੀ ਮੰਗ ਹੈ। ਕਿੰਨੇ ਬੱਚੇ ਦੇ ਨੇ? 3 ਬੱਚੇ, 1 ਲੜਕੀ, 2 ਬੇਟੇ। ਕੀ ਨਾਮ ਭਾਈ ਤੁਹਾਡਾ ਜੀ? ਕੁੰਨਣ ਸਿੰਘ ਜੀ। ਮੈਂਬਰ ਪੰਚਾਇਤ? ਹਾਂ ਜੀ, ਮੈਂਬਰ ਪੰਚਾਇਤ। ਕੀ ਗੱਲ ਹੈ ਬੱਚੇ ਨੂੰ? ਬੱਚਾ ਬਾਬਾ ਜੀ 10 ਦਿਨ ਢਿੱਲਾ ਮਠਾ ਵਿਚਾਰਿਆਂ ਦਾ, 5-6 ਮਹੀਨਾ ਹੀ ਹੋ ਚੱਲਿਆ ਸੀ, 5 ਮਹੀਨਾ
ਕੀ ਗੱਲ ਹੈ ਬੱਚੇ ਨੂੰ? ਬੱਚੇ ਨੂੰ ਪੇਟ ਚ ਪਾਣੀ ਪਿਆ ਕਰੇ, ਗਰੀਬ ਹੈਗੇ ਅੱਗੇ ਫੜ ਫੜ ਕੇ ਪੈਸੇ ਲਾਏ ਤੇ ਹੈਗੇ ਨੂੰ ਇਹਨਾਂ ਡਾਕਟਰ ਤਾਂ ਇਥੋਂ ਪਿੰਡੋਂ ਮਾਰਨੇ ਗਏ ਤੇ ਵੱਡੇ ਡਾਕਟਰ ਕੋਲ ਜਾਇਆ ਨੀ ਜਾਂਦਾ। ਨਹੀਂ ਇਹ ਤਾਂ ਗਰਾਈ ਗਰੂਈ ਪਿੰਡ ਚ ਕੀਤੀ ਆ ਜੀ, ਪਿੰਡੋਂ ਹੱਦ ਕੋ 100 ਦੇ ਦੂ, 50 ਦੇ ਦੂ, 200 ਦੇ ਦੂ, ਕਿੰਨੇ ਕੁ ਦੇ ਸਕਦਾ? ਕੀ ਮੰਗ ਕਰਦੇ ਤੁਸੀਂ ਹੁਣ? ਇਹਨੂੰ ਕੋਈ 2-4 ਲੱਖ ਰੁਪਇਆ ਮਿਲ ਜਾਏ ਤੇ ਬੇਚਾਰਾ ਬੱਚ ਜਾਏ, ਚੰਗਾ ਗਰੀਬ ਆਦਮੀ ਦੇਖਾ ਕੇ ਭਰਾ ਗੁਜ਼ਰ ਗਿਆ, ਪਿਓ ਚਿੱਤੇ ਨੀ ਇਹਨਾਂ ਦਾ। ਲਾਈਵ ਤੇ ਚੈਨਲ ਦੇ ਲਈ ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ।